ਸੋ ਕੱਲ ਆਪਾਂ ਲਿਖਿਆ ਸੀ ਹੈਡਿੰਗ ਜਿਹੜਾ ਪਰਪੈਂਡੀਕੁਲਰ ਐਕਸਿਸ ਆਫ ਪਰਪੈਂਡੀਕੁਲਰ ਐਕਸਿਸ ਥਿਉਰਮ ਫਾਰ ਮੂਵਮੈਂਟ ਆਫ ਇਨਰਸ਼ੀਆ ਸ਼ੀਟ ਹੈ।
ਇਹ ਇੱਦਾਂ ਵੀ ਘੁਮਾਈ ਜਾ ਸਕਦੀ ਹੈ। ਜੇ ਇੱਦਾਂ ਘੁੰਮ ਰਹੀ ਹੈ ਇਟ ਮੀਨਸ ਆ ਕੀ ਹੈ ਇਸਦੀ ਐਕਸਿਸ ਆਫ ਰੋਟੇਸ਼ਨ ਦੀ ਕੀ ਖੂਬੀ ਹੈ, ਇਹਦੇ ਇਹਦੇ ਪਲੇਨ ਦੇ ਪਰਪੈਂਡੀਕੁਲਰ, ਇਹਦੇ ਪਲੇਨ ਦੇ ਪਰਪੈਂਡੀਕੁਲਰ, ਠੀਕ ਹੈ, ਇਹਦੀ ਖੂਬੀ ਹੈ। ਅੱਛਾ, ਦੂਸਰਾ ਇਹ ਜਿਹੜੀ ਸ਼ੀਟ ਹੈ ਇਹਨੂੰ ਆਪਾਂ ਇੱਦਾਂ ਵੀ ਘੁਮਾ ਸਕਦੇ ਹਾਂ। ਜੇ ਇੱਦਾਂ ਘੁੰਮ ਰਹੀ ਹੈ ਤਾਂ ਆ ਕੀ ਹੈ ਇਸਦੀ ਐਕਸਿਸ ਆਫ, ਇਹਦੀ ਕੀ ਖੂਬੀ ਹੈ, ਇਹ ਪਲੇਨ ਚ ਪਲੇਨ ਚ ਲਾਈ ਕਰ ਰਹੀ ਹੈ, ਇਹ ਐਕਸਿਸ ਆਫ ਪਲੇਨ ਚ ਲਾਈ ਕਰ ਰਹੀ ਹੈ, ਇਹ ਤੇ ਪਲੇਨ ਚ ਹੀ ਆ ਗਈ ਨਾ, ਹੁਣ ਆਪਾਂ ਅੰਦਰ ਨਹੀਂ ਨਾ ਜਾਣਾ ਇਸ ਕਰਕੇ ਥੋੜਾ ਮਜਬੂਰੀ ਆਪਣੀ ਐਕਸਿਸ। ਤੋ ਆਹ ਕਿਹੜੀ ਐਕਸਿਸ ਸੀ, ਆਹ ਇਹ ਪਲੇਨ ਚ ਸੀ, ਔਰ ਇਹਨੂੰ ਇੱਦਾਂ ਵੀ ਤਾਂ ਘੁਮਾ ਸਕਦੇ ਤਾਂ ਹੁਣ ਇਹਦੀ ਐਕਸਿਸ ਆਫ ਰੋਟੇਸ਼ਨ ਕਿਹੜੀ ਆ ਹੀ ਹੈ, ਇਹ ਵੀ ਕੀ ਹੈ ਪਲੇਨ ਚ ਹੈ, ਪਰ ਆਹ ਵਾਲੀ ਐਕਸਿਸ ਪਲੇਨ ਵਾਲੀ ਔਰ ਆਹ ਵਾਲੀ ਐਕਸਿਸ ਪਲੇਨ ਵਾਲੀ ਇਹ ਕੀ ਇੱਕ ਦੂਜੇ ਦੇ ਔਰ ਆਹ ਇਹ ਪਰਪੈਂਡੀਕੁਲਰ ਹੈ, ਆਹ ਐਕਸਿਸ ਦੋਨੋ ਪਲੇਨ ਚ ਹੈ ਪਰ ਇੱਕ ਦੂਜੇ ਦੇ ਪਰਪੈਂਡੀਕੁਲਰ ਹੈ ਔਰ ਆਹ ਐਕਸਿਸ ਪਲੇਨ ਦੇ ਪਰਪੈਂਡੀਕੁਲਰ ਹੈ। ਤੋ ਹੁਣ ਜੇ ਤਿੰਨ ਮਿਊਚੁਅਲੀ ਪਰਪੈਂਡੀਕੁਲਰ ਲਾਈਨ ਹੋਣ ਉਹਨਾਂ ਦੇ ਆਪਾਂ ਨਾਮ ਕਿੱਦਾਂ ਰੱਖਦੇ ਹੁੰਦੇ, ਐਕਸ ਵਾਈ ਜ਼ੈਡ, ਹੈ ਨਾ। ਤੋ ਜੇ ਆਪਾਂ ਇਹ ਦੋ ਜਿਹੜੀਆਂ ਪਲੇਨਸ ਵਾਲੀਆਂ ਐਕਸਿਸ ਹੈ ਜੋ ਇੱਕ ਦੂਜੇ ਦੇ ਪਰਪੈਂਡੀਕੁਲਰ ਆ, ਅਗਰ ਇਹਨਾਂ ਦਾ ਨਾਮ ਐਕਸ ਵਾਈ ਰੱਖ ਦਈਏ ਤਾਂ ਪਰਪੈਂਡੀਕੁਲਰ ਵਾਲੀ ਜ਼ੈਡ ਹੋ ਗਈ, ਤੇ ਜੇ ਆਪਾਂ ਪਲੇਨ ਵਾਲੀਆਂ ਨੂੰ ਵਾਈ ਜ਼ੈਡ ਕਹੀਏ ਤਾਂ ਐਕਸ ਹੋ ਗਈ ਪਰਪੈਂਡੀਕੁਲਰ। ਸੋ ਇਸ ਕਰਕੇ ਹੁਣ ਇੱਥੇ ਜਿਹੜੀ ਧਿਆਨ ਰੱਖਣ ਵਾਲੀ ਚੀਜ਼ ਹੈ ਪੁੱਤ, ਕਿ ਆਹ ਜਿਹੜੀ ਐਕਸਿਸ ਹੈ ਇਹ ਹੈ, ਮੈਂ ਲਿਖ ਦਿੰਦਾ ਨੋਰਮਲ ਟੂ ਦਾ ਪਲੇਨ, ਇਹ ਨੋਰਮਲ ਟੂ ਦਾ ਪਲੇਨ ਹੈ, ਜਦਕਿ ਆਹ ਜਿਹੜੀਆਂ ਦੋ ਐਕਸਿਸ ਹੈ ਇਹ ਇੱਕ ਦੂਜੇ ਦੇ ਤਾਂ ਪਰਪੈਂਡੀਕੁਲਰ ਹੈ ਪਰ ਲਾਈ ਕਿੱਥੇ ਕਰਦੀਆਂ, ਪਲੇਨ ਚ ਲਾਈ ਕਰਦੀਆਂ। ਔਰ ਇਹਨਾਂ ਦਾ ਨਾਮ ਤੁਸੀਂ ਅਗਰ ਐਕਸ ਵਾਈ ਲਿਖਣਾ ਤਾਂ ਆਹ ਕੀ ਹੋ ਗਈ ਕੁਛ, ਜੇ ਤੁਸੀਂ ਕਹਿੰਦੇ ਮੈਂ ਇਹਨੂੰ ਵਾਈ ਔਰ ਇਹਨੂੰ ਜ਼ੈਡ ਕਹਿਣਾ ਤੇ ਆ ਐਕਸ ਹੋ ਜੂ, ਉਹ ਬਦਲਿਆ ਜਾ ਸਕਦਾ। ਯਾਦ ਐਕਸ ਵਾਈ ਜ਼ੈਡ ਨਹੀਂ ਰੱਖਣਾ, ਯਾਦ ਕੀ ਰੱਖਣਾ ਵੀ ਕਿਹੜੀ ਐਕਸਿਸ ਪਲੇਨ ਦੇ ਪਰਪੈਂਡੀਕੁਲਰ ਹੈ ਤੇ ਕਿਹੜੀਆਂ ਦੋ ਪਲੇਨ ਚ, ਔਰ ਇਹ ਤਿੰਨੋਂ ਐਕਸਿਸ ਇੱਕ ਕਾਮਨ ਪੁਆਇੰਟ ਤੇ ਕੀ ਕਰ ਰਹੀਆਂ, ਇੰਟਰਸੈਕਟ ਕਰ ਰਹੀਆਂ, ਮੀਟ ਕਰ ਰਹੀਆਂ, ਹੈ ਨਾ। ਤਾਂ ਇਹ ਥਿਊਰਮ ਕਹਿੰਦੀ ਹੈ ਕਿ ਅਗਰ ਤੁਸੀਂ ਇਸ ਪਲੇਨ ਲੈਮੀਨਾ ਦੀ, ਟੂ ਡਾਇਮੈਂਸ਼ਨਲ ਬਾਡੀ ਦੀ ਮੂਵਮੈਂਟ ਆਫ ਇਨਰਸ਼ੀਆ ਦੀ ਵੈਲਿਊ ਇੱਕ ਕੱਢਦੇ ਆ ਜ਼ੈਡ ਐਕਸਿਸ ਦੇ ਅਬਾਊਟ, ਮਤਲਬ ਉਸ ਐਕਸਿਸ ਦੇ ਅਬਾਊਟ ਜਿਹੜੀ ਇਹਦੇ ਪਲੇਨ ਦੇ ਪਰਪੈਂਡੀਕੁਲਰ ਹੈ, ਫਿਰ ਤੁਸੀਂ ਇਸੇ ਬਾਡੀ ਦਾ ਮੂਵਮੈਂਟ ਆਫ ਇਨਰਸ਼ੀਆ ਉਸ ਐਕਸਿਸ ਦੇ ਅਬਾਊਟ ਫਾਈਂਡ ਆਊਟ ਕਰਦੇ ਆ ਜਿਹੜੀ ਐਕਸ ਐਕਸਿਸ ਹੈ, ਜਿਹਦਾ ਨਾਮ ਐਕਸ ਐਕਸਿਸ ਹੈ, ਫਿਰ ਤੁਸੀਂ ਇਸੇ ਬਾਡੀ ਦਾ ਮੂਵਮੈਂਟ ਆਫ ਇਨਰਸ਼ੀਆ ਵਾਈ ਐਕਸਿਸ ਦੇ ਅਬਾਊਟ ਫਾਈਂਡ ਆਊਟ ਕਰਦੇ ਆ। ਤਾਂ ਇਹ ਥਿਊਰਮ ਕਹਿੰਦੀ ਹੈ ਕਿ ਅਗਰ ਇਹਨਾਂ ਤਿੰਨੋਂ ਐਕਸਿਸ ਵਿੱਚੋਂ ਜਿਹੜੀਆਂ ਦੋ ਪਲੇਨ ਵਾਲੀਆਂ ਵਾ ਉਹਨਾਂ ਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ ਦਾ ਸਮ ਪਰਪੈਂਡੀਕੁਲਰ ਐਕਸਿਸ ਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ ਦੇ ਬਰਾਬਰ ਹੋਏਗਾ, ਇਕੁਅਲ ਹੋਏਗਾ। ਸੋ ਇਹ ਥਿਊਰਮ ਦੇ ਵਿੱਚ ਆਈ ਜ਼ੈਡ ਇਜ਼ ਇਕੁਅਲ ਟੂ ਆਈ ਐਕਸ ਪਲੱਸ ਆਈ ਵਾਈ ਕਿਉਂ ਲਿਖਿਆ, ਕਿਉਂਕਿ ਐਕਸ ਔਰ ਵਾਈ ਪਲੇਨ ਵਾਲੀਆਂ ਵਾ ਤੇ ਜ਼ੈਡ, ਤੇ ਜੇ ਜ਼ੈਡ ਔਰ ਵਾਈ ਪਲੇਨ ਛੁਪੀਆਂ ਫਿਰ ਕੀ ਲਿਖਣਾ ਸੀ, ਫਿਰ ਆਈ ਐਕਸ ਇਜ਼ ਇਕੁਅਲ ਟੂ ਆਈ ਵਾਈ ਪਲੱਸ ਆਈ ਜ਼ੈਡ ਲਿਖਣਾ ਵਾ, ਸਮਝ ਗਏ ਗੱਲ ਨੂੰ। ਤੈਨੂੰ ਐਕਸ ਵਾਈ ਜ਼ੈਡ ਦੇ ਟਰਮ ਚ ਨਹੀਂ ਯਾਦ ਰੱਖਣਾ,
ਮੈਨੂੰ ਯਾਦ ਰੱਖਣਾ ਕਿ ਅਗਰ ਸਾਡੇ ਸਾਹਮਣੇ ਕਿ ਪੁੱਛਣਾ ਨਹੀਂ ਕਿਸੇ ਨੇ ਕਿਉਂਕਿ ਡਾਇਰੈਕਟਲੀ ਸਿਲੇਬਸ ਚੋਂ ਬਾਹਰ ਕੱਢ ਦਿੱਤਾ ਪਰ ਇਹ ਤੋਂ ਬਿਨਾਂ ਰੋਟੇਸ਼ਨਲ ਮੋਸ਼ਨ ਨਹੀਂ ਚੱਲਣਾ ਠੀਕ ਹੈ ਤਾਂ ਇਹਦੀ ਸਮਝ ਹੋਣੀ ਚਾਹੀਦੀ ਤਾਂ ਇੱਥੇ ਨੋਟ ਕੀ ਕਰ ਲੈਣਾ ਪਹਿਲਾਂ ਡਾਇਗ੍ਰਾਮ ਬਣਾਓ ਸਮਝ ਆਈ ਹੈ ਕੁਛ ਅਗਰ ਮੈਂ
ਇਸ ਲਾਲ ਰੰਗ ਦੀ ਐਕਸਿਸ ਦਾ ਨਾਮ ਰੱਖਦਾ ਐਕਸ ਐਕਸਿਸ, ਤਾਂ ਇਟ ਮੀਨਸ ਮੈਨੂੰ ਕੁਐਸਚਨ ਹੈ ਕਿ ਆਈ ਐਕਸ ਦੀ ਵੈਲਿਊ ਨਿਕਾਲ। ਇਹੀ ਹੈ ਨਾ, ਆਪਾਂ ਕੋਈ ਨਾਮ ਰੱਖ ਕੇ। ਅੱਛਾ, ਜਦੋਂ ਮੈਂ ਇਸ ਰਿੰਗ ਨੂੰ ਧਿਆਨ ਨਾਲ ਦੇਖਦਾ ਪੁੱਤਰ, ਜੇ ਇਹ ਲਾਲ ਰੰਗ ਦੀ ਐਕਸਿਸ ਰਿੰਗ ਦੇ ਪਲੇਨ ਚ ਲਾਈ ਕਰ ਰਹੀ ਹੈ, ਸੈਂਟਰ ਚੋਂ ਲੰਘ ਰਹੀ ਹੈ, ਆਹ ਵਾਲੀ ਸੈਂਟਰੋਇਡਲ ਐਕਸਿਸ ਰਿੰਗ ਦੇ ਸੈਂਟਰ ਚੋਂ ਲੰਘ ਰਹੀ ਹੈ ਬਟ ਪਲੇਨ ਦੇ ਪਰਪੈਂਡੀਕੁਲਰ ਹੈ, ਤਾਂ ਇਹਦਾ ਨਾਮ ਮੈਂ ਜ਼ੈਡ ਐਕਸਿਸ ਬੋਲ ਦਿੰਦਾ ਕਰਤਾ। ਇਹਦਾ ਮਤਲਬ ਇਹਨੂੰ ਮੈਂ ਆਈ ਸੀ ਵੀ ਲਿਖ ਸਕਦਾ ਤੇ ਆਈ ਜ਼ੈਡ ਵੀ ਲਿਖ ਸਕਦਾ, ਤੇ ਨਾਲ ਹੀ ਮੈਂ ਆਹ ਜਿਹੜੀ ਹਰੇ ਵਾਲੀ ਐਕਸਿਸ ਹੈ ਇਹ ਵੀ ਤਾਂ ਰਿੰਗ ਦੇ ਪਲੇਨ ਚ ਲਾਈ ਕਰ ਰਹੀ ਹੈ, ਔਰ ਇਹਦੀ ਅਲੋਂਗ ਦਾ ਡਾਇਆਮੀਟਰ ਹੀ ਹੈ ਸੈਂਟਰ ਆਫ ਮਾਸ ਚੋਂ ਨਿਕਲ ਰਹੀ, ਤੋ ਇਹ ਇਸ ਐਕਸਿਸ ਦਾ ਨਾਮ ਆਪਾਂ ਵਾਈ ਐਕਸਿਸ ਰੱਖਤਾ। ਹੁਣ ਆਈ ਐਕਸ ਨਿਕਾਲਣਾ ਵਾ, ਹੈ ਨਾ, ਤੇ ਆਈ ਜ਼ੈਡ ਔਰ ਆਈ ਐਕਸ ਦਾ ਕੋਈ ਡਾਇਰੈਕਟ ਤਾਂ ਰਿਲੇਸ਼ਨ ਹੈ ਨਹੀਂ, ਕਿਉਂ ਨਹੀਂ ਹੈ? ਜੇ ਆਈ ਐਕਸ ਐਕਸ ਐਕਸਿਸ ਜ਼ੈਡ ਦੇ ਪੈਰਲਲ ਹੁੰਦੀ ਫਿਰ ਤਾਂ ਪੈਰਲਲ ਐਕਸਿਸ ਗਰਮ ਲੱਗ ਜਾਣੀ ਸੀ, ਪਰ ਐਕਸ ਐਕਸਿਸ ਕੀ ਹੈ ਜ਼ੈਡ ਦੇ ਪਰਪੈਂਡੀਕੁਲਰ, ਉੱਥੇ ਪੈਰਲਲ ਐਕਸਿਸ ਤਾਂ ਲੱਗਣੀ ਨਹੀਂ, ਪਰ ਦੋ ਪਲੇਨ ਵਾਲੀਆਂ ਐਕਸਿਸ ਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ ਪਰਪੈਂਡੀਕੁਲਰ ਦੇ ਪਤਾ ਨਾ, ਇਟ ਮੀਨਸ ਇੱਥੇ ਆਪਾਂ ਕੀ ਲਿਖ ਸਕਦੇ ਹਾਂ ਇਸ ਪ੍ਰੋਬਲਮ ਚ, ਐਮ ਆਰ ਸਕੇਅਰ ਲਿਖ ਸਕਦੇ ਹਾਂ, ਲਿਖਤਾ। ਹੁਣ ਥੋੜਾ ਜਿਹਾ ਧਿਆਨ ਨਾਲ ਦੇਖੋ ਤੇ ਸਮਝੋ ਪੁੱਤ, ਕੜਾ ਹੈਗਾ ਕੜਾ ਰਿੰਗ, ਆ ਦੇਖ ਆ ਰਿੰਗ ਹੈ। ਹੁਣ ਐਕਚੁਅਲੀ ਆਹ ਜਿਹੜੀ ਡਾਇਗ੍ਰਾਮ ਬਣਾਈ ਹੈ ਨਾ ਉਹ ਇੱਦਾਂ ਬਣਾਈ ਹੈ ਇਸ ਤਰ੍ਹਾਂ, ਤੋ ਆਹ ਜਿਹੜੀ ਜ਼ੈਡ ਐਕਸਿਸ ਹੈ ਉਹ ਆ, ਠੀਕ ਹੈ, ਜ਼ਿਆਦਾ ਮੋਟੀ ਹੈ ਬਟ, ਤੋ ਐਕਸ ਐਕਸਿਸ ਆਇਆ, ਦਿਸ ਇਜ਼ ਐਕਸ ਐਕਸਿਸ, ਤੇ ਵਾਈ ਆਇਆ, ਹੈ ਨਾ। ਹੁਣ ਗੌਰ ਨਾਲ ਦੇਖਿਓ, ਆਹ ਮੈਂ ਵਾਈ ਐਕਸਿਸ ਜਦੋਂ ਤੁਹਾਡੇ ਸਾਹਮਣੇ ਫਰੰਟ ਵਿਊ ਲਿਆਂਦਾ, ਤਾਂ ਇਸ ਵਾਈ ਐਕਸਿਸ ਨੇ ਰਿੰਗ ਨੂੰ ਦੋ ਬਰਾਬਰ ਹਿੱਸਿਆਂ ਚ ਵੰਡਤਾ, ਤੇ ਆਹ ਜਿਹੜੀ ਐਕਸ ਹੈ ਇਸ ਐਕਸ ਨੇ ਵੀ ਤਾਂ, ਤੇ ਕਿਸੇ ਵੀ ਐਕਸਿਸ ਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ ਡਿਸਟ੍ਰੀਬਿਊਸ਼ਨ ਆਫ ਮਾਸਿਸ ਤੇ ਡਿਪੈਂਡ ਕਰਦਾ ਵਾ, ਤੇ ਉਹ ਵਾਈ ਐਕਸਿਸ ਦੇ ਵੀ ਦੋਨੋਂ ਪਾਸੇ ਸੇਮ ਹੈ ਤੇ ਐਕਸ ਦੇ ਵੀ ਸੇਮ ਹੈ। ਇਹਦਾ ਮਤਲਬ ਸਿਮਿਟਰੀ ਕਨਸੈਪਟ ਕੀ ਕਹਿੰਦਾ ਕਿ ਇਸ ਇਸ ਕੇਸ ਚ ਆਈ ਐਕਸ ਦੀ ਵੈਲਿਊ ਕੱਢ ਲਓ ਚਾਹੇ ਆਈ ਵਾਈ ਦੀ, ਦੋਨੋਂ ਦੀ ਕੀ ਆਣੀ ਚਾਹੀਦੀ ਹੈ, ਸੇਮ ਆਣੀ ਚਾਹੀਦੀ। ਤਾਂ ਜਿੱਦਾਂ ਹੀ ਇਹ ਕਿਹਾ, ਤਾਂ ਅਗਰ ਆਈ ਐਕਸ ਆਈ ਵਾਈ ਸੇਮ ਹੈ ਤਾਂ ਆਪਾਂ ਰਾਈਟ ਸਾਈਡ ਕੀ ਲਿਖ ਸਕਦੇ ਹਾਂ, ਟੂ ਆਈ ਐਕਸ ਵੀ ਲਿਖ ਸਕਦੇ ਹਾਂ ਜਾਂ ਟੂ, ਇਹਦਾ ਮਤਲਬ ਆਈ ਐਕਸ ਜਾਂ ਆਈ ਵਾਈ ਦੀ ਵੈਲਿਊ ਕੀ ਆ ਗਈ, ਬਾਈ ਟੂ ਆ। ਕੀ ਪਤਾ ਲੱਗਾ ਫਿਰ ਤੁਹਾਨੂੰ ਕਿ ਜਿਹੜੀ ਰਿੰਗ ਹੁੰਦੀ ਹੈ ਨਾ ਪੁੱਤ, ਸਰਕੂਲਰ ਰਿੰਗ, ਹੁਣ ਸੁਣ ਲਓ ਭੁੱਲਿਓ ਨਾ, ਤੋ ਸਰਕੂਲਰ ਰਿੰਗ ਦਾ ਇਸ ਐਕਸਿਸ ਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ ਕਿੰਨਾ, ਐਮ ਆਰ ਸਕੁਅਰ, ਤੇ ਜਿਹੜੀ ਆਹ ਐਕਸਿਸ ਹੈ ਇਹਦੇ ਅਬਾਊਟ ਕਿੰਨਾ ਆਇਆ, ਬਾਈ ਟੂ ਆ ਗਿਆ, ਐਮ ਆਰ ਸਕੁਅਰ ਬਾਈ ਟੂ।
ਹੈ ਨਾ। ਤੋ ਆਹ ਜਿਹੜੀ ਐਕਸਿਸ ਹੈ ਰਿੰਗ ਦੀ ਉਹ ਕਿਹੜੀ ਐਕਸਿਸ ਹੈ? ਇਹ ਵੀ ਸੈਂਟਰੋਇਡਲ ਹੀ ਹੈ ਬਟ ਪਲੇਨ ਚ ਲਾਈ ਕਰ ਰਹੀ ਹੈ। ਇਹ ਵਾਲੀ ਐਕਸਿਸ ਕਿਹੜੀ ਹੈ ਰਿੰਗ ਦੀ? ਇਹ ਵੀ ਸੈਂਟਰੋਇਡਲ ਹੈ ਪਰ ਪਲੇਨ ਦੇ ਪਰਪੈਂਡੀਕੁਲਰ ਹੈ। ਦੋਨੋਂ ਗੱਲਾਂ ਧਿਆਨ ਚ ਰੱਖਣੀਆਂ ਵਾ ਕਿਉਂਕਿ ਸੈਂਟਰੋਇਡਲ ਐਕਸਿਸ ਕਈ ਹੋ ਸਕਦੀ। ਅੱਛਾ ਹੁਣ ਇਹ ਹੋ ਗਿਆ ਨੋਟ ਕਰੋ, ਇਹਨੂੰ ਪਤਾ ਲੱਗ ਗਿਆ ਕਨਸੈਪਟ। ਜੇ ਪੁੱਤਰ ਕਰ ਲਓ ਇਹਦੇ ਤੇ ਆਪਾਂ ਅੱਗਾ, ਇਹ ਰਿੰਗ ਹੈ ਨਾ, ਤੋ ਰਿੰਗ ਕਰਕੇ ਆਹ ਐਮ ਆਰ ਸਕੇਅਰ ਸੀ ਤੇ ਲਾਲ ਔਰ ਹਰੀ ਵਾਲਾ ਆਂਸਰ ਹਾਫ ਐਮ ਆਰ ਸਕੇਅਰ ਹੋ ਗਿਆ। ਜੇ ਇਹ ਰਿੰਗ ਦੀ ਜਗ੍ਹਾ ਕੀ ਹੋਵੇ? ਡਿਸਕ, ਤਾਂ ਫੇਰ ਇੱਥੇ ਐਮ ਆਰ ਸਕੇਅਰ ਦੀ ਜਗ੍ਹਾ ਹਾਫ ਐਮ ਆਰ ਸਕੇਅਰ ਹੋਣਾ ਸੀ ਤੇ ਫੇਰ ਇਹ ਲਾਲ ਔਰ ਹਰੇ ਵਾਲਾ ਆਂਸਰ 1/4 ਹੋ ਜਾਣਾ ਸੀ, ਹੈ ਨਾ, ਪਤਾ ਲੱਗ ਗਿਆ। ਤੋ ਅਗਰ ਇਹ ਸਰਕੂਲਰ ਡਿਸਕ ਹੈ ਤਾਂ ਸਰਕੂਲਰ ਡਿਸਕ ਦੇ ਕੇਸ ਚ ਜੇ ਸਾਨੂੰ ਮੂਵਮੈਂਟ ਆਫ ਇਨਰਸ਼ੀਆ ਦੀ ਜ਼ਰੂਰਤ ਹੈ ਕਿਹੜੀ ਐਕਸਿਸ ਦੇ ਅਬਾਊਟ? ਸੈਂਟਰੋਇਡਲ ਐਕਸਿਸ, ਪਰ ਜਿਹੜੀ ਪਲੇਨ ਦੇ ਪਰਪੈਂਡੀਕੁਲਰ ਹੈ, ਫੇਰ ਤਾਂ ਹੈ ਹਾਫ ਐਮ ਆਰ ਸਕੁਅਰ। ਪਰ ਜੇ ਲਾਈਂਗ ਇਨ ਦਾ ਪਲੇਨ ਵਾਲੀ ਸੈਂਟਰੋਇਡਲ ਹੈ ਡਿਸਕ ਦਾ, ਫੇਰ ਕਿੰਨੀ ਹੈ ਆਈ ਸੀ ਦੀ ਵੈਲਿਊ? ਹਾਂ, ਐਮ ਆਰ ਸਕੁਅਰ ਬਾਏ 4 ਹੈ। ਪਰਪੈਂਡੀਕੁਲਰ ਐਕਸਿਸ ਥਿਉਰਮ ਬਾਰੇ ਥੋੜਾ ਆਈਡੀਆ ਹੋ ਗਿਆ। ਦੋ ਐਗਜ਼ਾਮਪਲਸ ਲੈ ਕੇ ਆਪਾਂ ਥੋੜਾ ਸਮਝਣ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਬਾਕੀ ਅਸੀਂ ਅਸਾਈਨਮੈਂਟ 'ਚ ਡਿਸਕਸ ਕਰਨੇ ਆ। ਹੁਣ ਲਿਖੋ ਤੋ ਮੂਵਮੈਂਟ ਆਫ ਇਨਰਸ਼ੀਆ ਦਾ ਕਨਸੈਪਟ ਜਿੰਨਾ ਸਿਲੇਬਸ ਦੇ ਵਿੱਚ ਹੈ ਉਹ ਆਪਾਂ ਡਿਸਕਸ ਕਰ ਚੁੱਕੇ ਹਾਂ। ਹੁਣ ਅਗਲਾ ਹੈਡਿੰਗ ਲਿਖਣਾ ਟੌਰਕ। ਟੌਰਕ ਹੁਣ ਇਹ ਜਿਹੜਾ ਕਨਸੈਪਟ ਹੈ ਟੌਰਕ ਦਾ, ਨੋਟ ਕਰਨ ਦੀ ਕੋਸ਼ਿਸ਼ ਕਰੋ, ਮਾਈਂਡ ਦੇ ਵਿੱਚ ਨਾ ਹਮੇਸ਼ਾ ਇੱਕ ਟ੍ਰਾਂਸਲੇਸ਼ਨਲ ਮੋਸ਼ਨ ਨੂੰ ਰੱਖੋ, ਉਸ ਮੋਸ਼ਨ ਨੂੰ
ਜਿਹਦੇ ਵਿੱਚ ਬੋਡੀ ਸਿੱਧੀ ਜਾਂਦੀ ਹੈ ਤੇ ਇੱਕ ਰੋਟੇਸ਼ਨਲ ਮੋਸ਼ਨ ਹੈ। ਇਹ ਸਾਡੇ ਲਈ ਥੋੜਾ ਨਵਾਂ ਹੈ। ਹੁਣ ਟ੍ਰਾਂਸਲੇਸ਼ਨਲ ਮੋਸ਼ਨ ਚ ਤੁਹਾਨੂੰ ਦੱਸਿਆ ਸੀ ਪੁੱਤ ਕਿ ਜੋ ਰੋਲ ਮਾਸ ਆਫ ਬੋਡੀ ਪਲੇ ਕਰਦਾ ਵਾ, ਰੋਟੇਸ਼ਨਲ ਮੋਸ਼ਨ ਚ ਕੌਣ ਰੋਲ ਪਲੇ ਕਰਦਾ ਉਹਦੀ ਜਗ੍ਹਾ ਤੇ? ਮੂਵਮੈਂਟ ਆਫ ਇਨਰਸ਼ੀਆ, ਸਮਝ ਗਏ? ਮੂਵਮੈਂਟ ਆਫ ਇਨਰਸ਼ੀਆ ਉਹੀ ਰੋਲ ਪਲੇ ਕਰਦਾ ਰੋਟੇਸ਼ਨਲ ਜੋ ਮਾਸ ਕਰਦਾ। ਇੱਥੇ ਵੀ ਗੱਲ ਜੀ, ਪਲੱਸ ਮੂਵਮੈਂਟ ਆਫ ਇਨਰਸ਼ੀਆ ਮਾਸ ਤੇ ਵੀ ਡਿਪੈਂਡ ਕਰਦਾ, ਪਰ ਕੱਲੇ ਮਾਸ ਤੇ ਨਹੀਂ ਕਰਦਾ, ਨਾਲ ਕੀ ਆਉਂਦਾ? ਆਰ ਸਕੇਅਰ ਮੋਟੇ ਤੌਰ ਤੇ, ਔਰ ਜਨਰਲੀ ਗੱਲ ਕਰ ਰਹੇ ਹਾਂ ਆਪਾਂ, ਕੋਈ ਸ਼ੇਪ ਨਹੀਂ ਲੈ ਰਹੇ। ਆਰ ਸਕੇਅਰ ਚ ਆਰ ਕੀ ਹੁੰਦਾ ਪੁੱਤ? ਸੈਂਟਰ ਆਫ ਮਾਸ ਨਹੀਂ, ਐਕਸਿਸ ਆਫ ਰੋਟੇਸ਼ਨ ਤੋਂ ਪਰਪੈਂਡੀਕੁਲਰ ਡਿਸਟੈਂਸ ਹੁੰਦਾ ਪਾਰਟੀਕਲ ਦਾ, ਹੈ ਨਾ? ਅੱਛਾ, ਹੁਣ ਦੇਖੋ ਇੰਟਰਸਟਿੰਗ ਗੱਲ, ਅਗਰ ਮੰਨ ਲਓ ਤੁਹਾਡਾ ਇੱਕ ਪਾਰਟੀਕਲ ਹੈ, ਉਹਦਾ ਮਾਸ ਹੋਣਾ ਹੀ ਹੋਣਾ, ਪਰ ਉਹ ਪਾਰਟੀਕਲ ਕਿੱਥੇ ਬੈਠਾ ਵਾ? ਐਕਸਿਸ ਆਫ ਰੋਟੇਸ਼ਨ ਤੇ ਆ ਜਾਏ ਤਾਂ ਮਾਸ ਹੈ, ਬਟ ਮੂਵਮੈਂਟ ਆਫ ਇਨਰਸ਼ੀਆ ਜ਼ੀਰੋ ਹੈ। ਇਹਦਾ ਮਤਲਬ ਮੂਵਮੈਂਟ ਆਫ ਇਨਰਸ਼ੀਆ ਮਾਸ ਤੇ ਤਾਂ ਡਿਪੈਂਡ ਕਰਦਾ ਵਾ, ਪਰ ਉਹਦੀ ਲੋਕੇਸ਼ਨ ਜਿੱਥੇ ਉਹ ਪਲੇਸਡ ਹੈ, ਉਹ ਐਕਸਿਸ ਆਫ ਰੋਟੇਸ਼ਨ ਤੋਂ ਕਿੰਨੀ ਦੂਰ ਹੈ ਉਹਦੇ ਤੇ ਵੀ ਡਿਪੈਂਡ ਕਰਦੀ ਹੈ, ਹੈ ਨਾ? ਤੋ ਮੂਵਮੈਂਟ ਆਫ ਇਨਰਸ਼ੀਆ ਮਾਸ ਤੇ ਡਿਪੈਂਡੈਂਟ ਟਰਮ ਹੈ, ਬਟ ਮਾਸ ਦੇ ਨਾਲ ਨਾਲ ਪਰਪੈਂਡੀਕੁਲਰ ਡਿਸਟੈਂਸ ਤੇ ਵੀ ਡਿਪੈਂਡ ਕਰਦੀ। ਹੁਣ ਉਸੇ ਤਰ੍ਹਾਂ ਨਾਲ ਅਸੀਂ ਟ੍ਰਾਂਸਲੇਸ਼ਨਲ ਮੋਸ਼ਨ ਚ ਇੱਕ ਟਰਮ ਪੜ੍ਹਦੇ ਹਾਂ, ਫੋਰਸ। ਫੋਰਸ ਦਾ ਕੀ ਕੰਮ ਹੁੰਦਾ? ਸਟੇਟ ਨੂੰ ਚੇਂਜ ਕਰਨਾ। ਫੋਰਸ ਦਾ ਕੀ ਕੰਮ ਹੁੰਦਾ? ਮੋਮੈਂਟਮ ਨੂੰ ਚੇਂਜ ਕਰਨਾ। ਫੋਰਸ ਦਾ ਕੀ ਕੰਮ ਹੁੰਦਾ? ਐਕਸਲਰੇਸ਼ਨ ਪੈਦਾ ਕਰਨਾ, ਹੈ ਨਾ? ਇੱਦਾਂ ਕਈ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਇਹ ਕੰਮ ਹੈ ਫੋਰਸ ਦਾ। ਹੁਣ ਪੁੱਤ ਜੋ ਰੋਲ ਟ੍ਰਾਂਸਲੇਸ਼ਨਲ ਮੋਸ਼ਨ ਚ ਫੋਰਸ ਦਾ ਵਾ, ਸੇਮ ਰੋਲ ਰੋਟੇਸ਼ਨਲ ਮੋਸ਼ਨ ਚ ਟੋਰਕ ਦਾ ਵਾ, ਟੋਰਕ ਦਾ ਵਾ। ਹੁਣ ਟੋਰਕ ਨੇ ਕੀ ਕਰਨਾ? ਸਟੇਟ ਨੂੰ ਚੇਂਜ ਕਰਨਾ। ਨਹੀਂ, ਹੋਰ ਗੱਲ ਸਮਝਾਓ, ਫੋਰਸ ਨੇ ਕੀ ਕੀਤਾ ਸੀ? ਮੋਮੈਂਟਮ ਨੂੰ ਚੇਂਜ, ਤੇ ਆਪਾਂ ਕਹਿਣਾ ਟੋਰਕ ਕੀ ਕਰਦੀ ਹੈ? ਐਂਗੂਲਰ ਮੋਮੈਂਟਮ ਨੂੰ ਚੇਂਜ, ਐਂਗੂਲਰ ਮੋਮੈਂਟਮ ਨੂੰ ਚੇਂਜ। ਅੱਛਾ, ਨਹੀਂ ਗੱਲ ਨਹੀਂ ਬਣੀ, ਹੋਰ ਸਮਝਾਓ। ਫੋਰਸ ਕੀ ਪੈਦਾ ਕਰਦੀ ਹੈ? ਐਕਸਲਰੇਸ਼ਨ। ਟੋਰਕ ਕੀ ਪੈਦਾ ਕਰਦੀ ਹੈ? ਐਂਗੂਲਰ ਐਕਸਲਰੇਸ਼ਨ, ਸਮਝ ਗਏ? ਤੋ ਐਂਗੂਲਰ ਐਕਸਲਰੇਸ਼ਨ। ਤੋ ਇੱਕ ਗੱਲ ਸੁਣ ਲਓ ਪੁੱਤ, ਕਿਉਂਕਿ ਅਸੀਂ ਲੋਕ ਗੜਬੜ ਕਿੱਥੇ ਕਰਦੇ ਹਾਂ? ਕਿਉਂਕਿ ਸਾਨੂੰ ਲੱਗਦਾ ਵਾ ਕਿ ਅਗਰ ਕੋਈ ਬੋਡੀ ਮੂਵ ਕਰ ਰਹੀ ਹੈ ਤਾਂ ਉਹਦੇ ਤੇ ਫੋਰਸ ਲੱਗ ਰਹੀ ਹੈ। ਗਲਤ, ਅਗਰ ਬੋਡੀ ਮੂਵ ਕਰ ਰਹੀ ਹੈ ਤਾਂ ਉਹ ਵੈਲੋਸਿਟੀ ਪੋਜ਼ੈਸ ਕਰੇਗੀ, ਵੈਲੋਸਿਟੀ ਪੋਜ਼ੈਸ ਕਰੇਗੀ, ਪਰ ਫੋਰਸ ਲੱਗਦੀ ਹੈ ਕਿ ਨਹੀਂ ਲੱਗ ਰਹੀ, ਇਹਦਾ ਫੈਸਲਾ ਐਕਸਲਰੇਸ਼ਨ ਤੋਂ ਹੋਏਗਾ। ਤੋ ਅਗਰ ਅਸੀਂ ਇਹ ਦੱਸਣਾ ਨਾ ਕਿ ਕਿਸੇ ਬੋਡੀ ਤੇ ਫੋਰਸ ਲੱਗ ਰਹੀ ਕਿ ਨਹੀਂ ਲੱਗ ਰਹੀ, ਤਾਂ ਸਾਨੂੰ ਇਹ ਦੱਸਣਾ ਪਏਗਾ ਜਾਂ ਸਟੱਡੀ ਕਰਨਾ ਪਏਗਾ ਵੀ ਇਹ ਬੋਡੀ ਐਕਸਲਰੇਟ ਹੋ ਰਹੀ ਕਿ ਨਹੀਂ ਹੋ ਰਹੀ। ਉਸੇ ਤਰ੍ਹਾਂ ਨਾਲ, ਕਿਉਂਕਿ ਹੁੰਦਾ ਇੱਦਾਂ ਵਾ ਕਿ ਆਪਾਂ ਜਦੋਂ ਕੰਸੈਪਟ ਇੰਟਰਡਿਊਸ ਕਰਦੇ ਹਾਂ ਤਾਂ ਥੋੜ੍ਹਾ ਈਜ਼ੀ ਕਰਨ ਦੇ ਲਈ ਕੁਛ ਗੱਲਾਂ ਨੂੰ ਇਗਨੋਰ ਕਰਕੇ ਨਾ ਵੀ ਸਮਝਾਉਣ ਦੇ ਲਈ ਕਰ ਜਾਂਦੇ ਹਾਂ, ਬਟ ਉਹ ਦਿਮਾਗ 'ਚ ਰਹਿ ਜਾਂਦੀਆਂ, ਉਹ ਪੂਰਾ ਕੰਸੈਪਟ ਡਿਵੈਲਪ ਨਹੀਂ ਹੋਣ ਦਿੰਦੀਆਂ। ਕਿੱਦਾਂ?
ਕਿਉਂਕਿ ਸਾਨੂੰ ਅਗਰ ਕੋਈ ਕਹੇ ਕਿ ਆ ਪੰਖਾ ਰੋਟੇਟ ਕਰ ਰਿਹਾ, ਇਹਦੇ ਤੇ ਟੋਰਕ ਲੱਗ ਰਹੀ ਕਿ ਨਹੀਂ ਲੱਗ ਰਹੀ, ਕਿਉਂ ਦੇਖਿਆ ਨਾ ਕਿ ਜਦੋਂ ਤੁਸੀਂ ਕਿਸੇ ਘੁੰਮਦੀ ਚੀਜ਼ ਨੂੰ ਦੇਖੋ ਤਾਂ ਉਹ ਘੁੰਮਦੀ ਚੀਜ਼ ਕੀ ਪੋਜੈਸ ਕਰ ਰਹੀ ਹੈ, ਐਂਗੂਲਰ ਵੈਲੋਸਿਟੀ ਪੋਜੈਸ ਕਰ ਰਹੀ ਹੈ, ਪਰ ਟੋਰਕ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ, ਇਹਦਾ ਜਵਾਬ ਦੇਣ ਤੋਂ ਪਹਿਲਾਂ ਚੈੱਕ ਕਰੋ ਕਿ ਇਹਦੀ ਐਂਗੂਲਰ ਐਕਸਲਰੇਸ਼ਨ ਹੈ ਕਿ ਨਹੀਂ ਹੈ। ਹੁਣ ਐਂਗੂਲਰ ਵੈਲੋਸਿਟੀ ਕੀ ਹੁੰਦੀ, ਐਂਗੂਲਰ ਵੈਲੋਸਿਟੀ ਹੁੰਦੀ ਹੈ ਵੀ ਇੱਕ ਸੈਕਿੰਡ ਦੇ ਵਿੱਚ ਹਨਾ ਕਿੰਨਾ ਐਂਗਲ ਕਵਰ ਕੀਤਾ ਗਿਆ, ਔਰ ਉਹਨੂੰ ਅਸੀਂ ਐਂਗੂਲਰ ਵੈਲੋਸਿਟੀ ਨੂੰ 2 ਪਾਈ ਬਾਈ ਟੀ ਜਾਂ 2 ਪਾਈ ਨਿਊ ਨਾਲ ਜੋੜਦੇ ਹਾਂ, ਹਨਾ। ਹੁਣ ਇਹਨੂੰ ਘੁੰਮਦੇ ਨੂੰ ਦੇਖੋ, ਹੁਣ ਇਹ ਜਦੋਂ ਚੱਕਰ ਲਾ ਰਿਹਾ ਹਨਾ ਤਾਂ ਕਿਆ ਤੁਹਾਨੂੰ ਲੱਗ ਰਿਹਾ ਕਿ ਪਹਿਲੇ ਚੱਕਰ ਚ ਇਹਦਾ ਟਾਈਮ ਪੀਰੀਅਡ ਜ਼ਿਆਦਾ ਵਾ, ਦੂਜੇ ਚ ਘੱਟ ਗਿਆ, ਜਾਂ ਪਹਿਲੇ ਚ ਘੱਟ ਸੀ ਦੂਜੇ ਚ ਜ਼ਿਆਦਾ ਹੋ ਗਿਆ, ਇਹਦਾ ਲੱਗਦਾ ਪਿਆ? ਇਹਦਾ ਮਤਲਬ ਟਾਈਮ ਪੀਰੀਅਡ ਸੇਮ ਹੈ ਇਸ, ਹਨਾ ਇਸ ਵਕਤ ਤੋਂ। ਇਟ ਮੀਨਸ ਜੇ ਟਾਈਮ ਪੀਰੀਅਡ ਕਾਂਸਟੈਂਟ ਹੈ ਤਾਂ ਓਮੇਗਾ ਵੀ, ਤੇ ਜੇ ਓਮੇਗਾ ਕਾਂਸਟੈਂਟ ਹੈ ਤਾਂ ਅਲਫਾ ਐਂਗੂਲਰ ਐਕਸਲਰੇਸ਼ਨ ਜ਼ੀਰੋ ਹੈ ਉਸ ਵਕਤ ਜੇ ਓਮੇਗਾ ਕਾਂਸਟੈਂਟ ਹੈ, ਤੇ ਜੇ ਓਮੇਗਾ ਕਾਂਸਟੈਂਟ ਨਹੀਂ ਹੈ ਫਿਰ ਨੋਨ ਜ਼ੀਰੋ ਹੈ, ਹਨਾ। ਸੋ ਇਹਦਾ ਮਤਲਬ ਜਦੋਂ ਆਪਾਂ ਇਹ ਚੈੱਕ ਕਰਨਾ ਕਿ ਬਾਡੀ ਦੇ ਉੱਪਰ ਟੋਰਕ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ, ਤਾਂ ਅਸੀਂ ਐਂਗੂਲਰ ਵੈਲੋਸਿਟੀ ਦੀ ਜਗ੍ਹਾ ਐਂਗੂਲਰ ਐਕਸਲਰੇਸ਼ਨ ਵੱਲ ਨਿਗਾਹ ਰੱਖਣੀ। ਹੁਣ ਇਧਰ ਨਿਗਾਹ ਰੱਖਿਓ, ਇਧਰ ਆ ਦੇਖੋ, ਹੁਣ ਇਹਦੀਆਂ ਰੈਵੋਲੂਸ਼ਨ ਤੇਜ਼ ਹੋਇਆ ਕਿ ਨਹੀਂ, ਪਰ ਹੁਣ ਫਿਰ ਫਿਕਸ ਹੋ ਗਿਆ। ਇਹਦਾ ਮਤਲਬ ਜਦੋਂ ਮੈਂ ਇੱਥੇ ਇਹਨੂੰ ਚੇਂਜ ਕਰ ਰਿਹਾ ਤਾਂ ਇਹਦੇ ਤੇ ਕੀ ਲੱਗ ਰਹੀ ਹੈ, ਕੀ ਲੱਗ ਰਹੀ, ਟੋਰਕ ਲੱਗ ਰਹੀ ਹੈ, ਹਨਾ। ਔਰ ਉਹ ਇਲੈਕਟ੍ਰਿਕ ਟੋਰਕ ਹੈ, ਇਲੈਕਟ੍ਰਿਕ ਟੋਰਕ ਦਾ ਮਤਲਬ ਵੀ ਇਲੈਕਟ੍ਰਿਸਿਟੀ ਵੱਲੋਂ ਟੋਰਕ ਆ ਰਹੀ, ਮੈਂ ਨਹੀਂ ਲਗਾ ਰਿਹਾ ਇੱਥੇ, ਜਿਹੜੀ ਹੈ ਟੋਰਕ ਉਹ ਮੈਂ ਲਗਾ ਰਿਹਾ। ਪਰ ਟੋਰਕ ਦਾ ਕੰਮ ਕੀ ਹੈ, ਟੋਰਕ ਦਾ ਕੰਮ ਕੀ ਹੈ, ਐਂਗੂਲਰ ਐਕਸਲਰੇਸ਼ਨ ਪੈਦਾ ਕਰਨਾ। ਫੋਰਸ ਦਾ ਕੰਮ ਕੀ ਹੁੰਦਾ, ਐਕਸਲਰੇਸ਼ਨ ਪੈਦਾ ਕਰਨਾ। ਇਹਦਾ ਇਹਨਾਂ ਸਮਝਣ ਦੀ ਕੋਸ਼ਿਸ਼ ਕਰੋ। ਹੁਣ ਵਾਪਿਸ ਆਉਂਦੇ ਹਾਂ, ਪੁੱਤ, ਹੁਣ ਜਿਸ ਤਰ੍ਹਾਂ ਮੂਵਮੈਂਟ ਆਫ ਇਨਰਸ਼ੀਆ ਮਾਸ ਤੇ ਡਿਪੈਂਡ ਕਰਦਾ ਸੀ, ਉਦਾਂ ਹੀ ਆਪਾਂ ਇੱਥੇ ਦੇਖਾਂਗੇ ਕਿ ਟੋਰਕ ਵੀ ਘੁੰਮ ਘੁਮਾ ਕੇ ਬੇਸਿਕਲੀ ਕਾਹਦੇ ਤੇ ਡਿਪੈਂਡ ਕਰਦੀ ਹੈ, ਕਾਹਦੇ ਤੇ ਡਿਪੈਂਡ ਕਰਦੀ ਹੈ, ਫੋਰਸ ਤੇ, ਫੋਰਸ ਤੇ ਡਿਪੈਂਡ ਕਰੇਗੀ। ਕਿੱਦਾਂ ਕਰੇਗੀ, ਆ ਜਾਓ ਫਿਰ ਆਪਾਂ ਡਾਇਗਰਾਮ ਬਣਾਈਏ। ਤੂੰ ਲਿਖੋ ਟੋਰਕ ਬਾਰੇ, ਪਹਿਲਾਂ ਇੱਕ ਲਾਈਨ ਲਿਖੋ, ਟੋਰਕ ਨੂੰ ਅਸੀਂ ਨਾ, ਇਟ ਇਜ਼ ਆਲਸੋ ਨੋਨ ਐਜ਼,
टॉर्क का दूसरा नाम है मोमेंट ऑफ फोर्स। It is a rotational analog of force. It is a rotational analog, analogue, analog of force. मतलब जो force का role है ना वही torque का rotational motion जो role है। Next लिखो it measures the ki measure karte hai it measures the turning effect of force force de turning effect nu measure karte hai it measures the turning effect of force force de turning effect nu hun apa e kuch basic terms bare likh leya hun putr sab heading bana lo टॉर्क एक्टिंग ऑन ए पार्टिकल टॉर्क एक्टिंग ऑन ए पार्टिकल पहला पार्टिकल की गल करिए शुरू करिए बॉडी की भी कर सकते सी कोई गल नहीं है सो देखो पुत्र जदों भी ना टॉर्क कैलकुलेट करनी है सुन लो लिसन रोटेशनल मोशन च कोई भी क्वांटिटी फाइंड आउट करनी है चाहे टॉर्क एंगुलर मोमेंटम मोमेंट ऑफ इनर्शिया पहला एक्सिस ऑफ रोटेशन बारे क्लियर कर लेनी है स्टेटमेंट तो मान लो मैं की कहता हूं मानो कि आ है साडी एक्सिस ऑफ रोटेशन ये किधर नु आ रही है बाहर नु आ रही है और आ है हैगी ਦਾ ਇਹ ਹੁਣ ਬਾਡੀ ਹੈ ਕਾਫੀ ਫਾਈਨਾਈਟ ਸਾਈਜ਼ ਹੈ ਇਹਨੂੰ ਪਾਰਟੀਕਲ ਦੀ ਤਰ੍ਹਾਂ ਹੀ ਦੇਖੋ ਤਾਂ ਆ ਬਾਡੀ ਹੈ ਤਾਂ ਇਹਨੇ ਇਸ ਲਾਈਨ ਦੇ ਅਬਾਊਟ ਘੁੰਮਣਾ ਵਾ ਇਹਨੇ ਮੰਨ ਲਓ ਇਦਾਂ ਘੁੰਮਣਾ ਇਦਾਂ ਘੁੰਮਣਾ ਹੈ ਨਾ ਤਾਂ ਇੱਕ ਇਹ ਐਕਸਿਸ ਆਫ ਰੋਟੇਸ਼ਨ ਤਾਂ ਇਸ ਨੂੰ ਮੈਂ O है any point on axis of rotation शुरू हो जाओ इसमें डायग्राम बनानी है साफ साफ बढ़िया तरीके से बनानी है any point on axis of rotation है O अच्छा देखो टॉर्क हमेशा किने पैदा करनी है फोर्स ने बिना फोर्स दे टॉर्क नहीं हो सकती जितना कि बिना मास दे मूवमेंट ऑफ इनर्शिया नहीं हो सकता जे बॉडी का मास ही नहीं है तो उसका मूवमेंट ऑफ इनर्शिया भी नहीं हो सकता तो बिना मास दे मूवमेंट ऑफ इनर्शिया पॉसिबल नहीं है इसी तरह बिना फोर्स दे टॉर्क पॉसिबल नहीं है
ਜਿਸ ਫੋਰਸ ਦੀ ਟੋਰਕ ਨਿਕਾਲਣੀ ਹੈ, ਹੁਣ ਯਾਦ ਕਰੋ ਪੁੱਤ, ਜਦੋਂ ਆਪਾਂ ਵਰਕ ਡਨ ਨਿਕਾਲਦੇ ਹਾਂ ਨਾ ਤਾਂ ਫੋਰਸ ਦਾ ਨਿਕਾਲਦੇ ਹਾਂ ਨਾ, ਜੇ ਬਹੁਤ ਸਾਰੀਆਂ ਫੋਰਸਿਸ ਹੋਣ ਤਾਂ ਟੋਟਲ ਵਰਕ ਡਨ ਕਿੱਦਾਂ ਨਿਕਾਲਿਆ ਸੀ, ਜਾਂ ਇਕੱਲੀ ਇਕੱਲੀ ਫੋਰਸ ਦਾ ਵਰਕ ਡਨ ਨਿਕਾਲ ਕੇ ਐਡ ਕਰ ਲਿਆ ਸੀ, ਹੈ ਨਾ। ਇੱਦਾਂ ਹੀ ਅਗਰ ਮੰਨ ਲਓ ਇੱਕ ਬੋਡੀ ਦੇ ਉੱਪਰ ਬਹੁਤ ਸਾਰੀਆਂ ਫੋਰਸਿਸ ਲੱਗ ਰਹੀਆਂ, ਤਾਂ ਅਗਰ ਆਪਾਂ ਟੋਟਲ ਟੋਰਕ ਨਿਕਾਲਣੀ ਹੈ ਤਾਂ ਬੇਸਿਕ ਕਨਸੈਪਟ ਕੀ ਹੈ ਕਿ ਇਕੱਲੀ ਇਕੱਲੀ ਫੋਰਸ ਦੀ ਟੋਰਕ ਨਿਕਾਲੋ, ਉਸ ਤੋਂ ਬਾਅਦ ਕੀ ਕਰੋ ਐਡ ਕਰ ਲਓ। ਪਰ ਐਡ ਕੀ ਕਰਨਾ, ਸਿੰਪਲ ਸਮ ਨਹੀਂ ਲੈਣਾ, ਵੈਕਟਰ ਸਮ ਲਈਦਾ, ਉਹ ਵੀ ਦੱਸਾਂਗੇ, ਹੈ ਨਾ। ਹੁਣ ਅਸੀਂ ਕੀ ਸਿੱਖਣ ਜਾ ਰਹੇ ਹਾਂ ਕਿ ਇੱਕ ਫੋਰਸ ਕਰਕੇ ਟੋਰਕ ਕਿੱਦਾਂ ਕੈਲਕੂਲੇਟ ਕਰਨਾ। ਤਾਂ ਜੇ ਫੋਰਸ ਕਰਕੇ ਟੋਰਕ ਕੈਲਕੂਲੇਟ ਕਰਨੀ ਆ ਜਾਏ ਤਾਂ ਗੱਲ ਬਣ ਜਾਣੀ ਹੈ। ਹੁਣ ਸਭ ਤੋਂ ਪਹਿਲਾਂ ਕੀ ਨੋਟ ਕਰਨਾ ਪੁੱਤਰ, ਦੇਖੋ ਇਹ ਮੰਨ ਲਓ ਆ ਇੱਕ ਬੋਡੀ ਹੈ, ਮੈਂ ਪੁਆਇੰਟ ਦੀ ਜਗ੍ਹਾ ਬੋਡੀ ਲੈ ਲੈਣਾ, ਕੋਈ ਗੱਲ ਨਹੀਂ, ਲੈ ਲਈ, ਜਿੱਦਾਂ ਦੀ ਮਰਜ਼ੀ ਸ਼ੇਪ ਬਣਾਓ, ਇੱਦਾਂ ਦਾ ਡਿਜ਼ਾਈਨ ਬਣਾਉਣਾ ਨਹੀਂ ਜ਼ਰੂਰੀ, ਸਮਝ ਗਏ, ਜਨਰਲ ਡਿਸਕਸ਼ਨ ਹੈ। ਜਿਸ ਤਰ੍ਹਾਂ ਦੀ ਮਰਜ਼ੀ ਸ਼ੇਪ ਦੀ ਬੋਡੀ ਬਣਾ ਲਓ। ਹੁਣ ਜਿਸ ਫੋਰਸ ਦੀ ਟੋਰਕ ਨਿਕਾਲਣੀ ਹੈ, ਸਭ ਤੋਂ ਪਹਿਲਾਂ ਉਸ ਫੋਰਸ ਦਾ ਮੈਗਨੀਟਿਊਡ ਮੈਜਰ, ਮਤਲਬ ਦੇਖੋ ਸਿਚੁਏਸ਼ਨ 'ਚ ਕਿੰਨਾ ਦਿੱਤਾ ਹੋਇਆ, ਉਸ ਫੋਰਸ ਦੀ ਡਾਇਰੈਕਸ਼ਨ ਨੋਟ ਕਰੋ। ਔਰ ਉਸ ਤੋਂ ਇੰਪੋਰਟੈਂਟ ਗੱਲ ਹੈ, ਜਿਸ ਵਕਤ ਅਸੀਂ ਫੋਰਸ ਦੀ ਟੋਰਕ ਨਿਕਾਲ ਰਹੇ ਹਾਂ, ਫੋਰਸ ਦੇ ਕਾਰਨ ਟੋਰਕ ਨਿਕਾਲ ਰਹੇ ਹਾਂ, ਸਭ ਤੋਂ ਪਹਿਲਾਂ ਦੇਖੋ ਫੋਰਸ ਬੋਡੀ 'ਤੇ ਕਿਸ ਜਗ੍ਹਾ 'ਤੇ ਲੱਗ ਰਹੀ ਹੈ, ਜਿਹਨੂੰ ਕਹਿੰਦੇ ਹਾਂ ਪੁਆਇੰਟ ਆਫ ਐਪਲੀਕੇਸ਼ਨ ਆਫ ਫੋਰਸ। ਤਾਂ ਮੰਨ ਲਓ ਜਿਸ ਫੋਰਸ ਦਾ ਆਪਾਂ ਟੋਰਕ ਨਿਕਾਲਣ ਜਾ ਰਹੇ ਹਾਂ, ਉਹ ਫੋਰਸ ਇਸ ਬੋਡੀ ਦੇ ਉੱਪਰ ਸੇ ਪੀ ਪੁਆਇੰਟ 'ਤੇ ਲੱਗ ਰਹੀ ਹੈ, ਔਰ ਇੱਧਰ ਨੂੰ ਲੱਗ ਰਹੀ ਹੈ ਨਾ। ਬਈ ਜਦੋਂ ਆਪਾਂ ਹੁਣ ਆਹ ਬੋਡੀ ਨੂੰ ਜੇ ਤੁਸੀਂ ਆਹ ਦਰਵਾਜ਼ਾ ਮੰਨਦੇ ਆ, ਹੈ ਨਾ, ਤਾਂ ਜਦੋਂ ਮੈਂ ਹੈਂਡਲ ਨੂੰ ਪਕੜ ਕੇ ਦਰਵਾਜ਼ਾ ਖੋਲਿਆ ਤਾਂ ਮੈਂ ਦਰਵਾਜ਼ੇ 'ਤੇ ਕੀ ਲਗਾਈ ਹੈ, ਫੋਰਸ, ਹੈ ਨਾ। ਕਹਿਣ ਨੂੰ ਦਰਵਾਜ਼ੇ 'ਤੇ ਲਗਾਈ ਹੈ, ਬਟ ਐਕਚੁਅਲੀ ਮੇਰੇ ਦੁਆਰਾ ਲਗਾਈ ਗਈ ਫੋਰਸ ਦਾ ਪੁਆਇੰਟ ਆਫ ਐਪਲੀਕੇਸ਼ਨ ਹੈਂਡਲ ਵਾਲੀ ਜਗ੍ਹਾ ਬਾਹਰ। ਤਾਂ ਇਹ ਗੱਲ ਦਾ ਸਮਝ ਹੋਣੀ ਜ਼ਰੂਰੀ ਹੈ ਕਿ ਜਿਸ ਵਕਤ ਅਸੀਂ ਟੋਰਕ ਨਿਕਾਲਣੀ ਹੈ ਕਿਸੇ ਫੋਰਸ ਦੀ, ਤਾਂ ਸਭ ਤੋਂ ਪਹਿਲਾਂ ਉਸ ਫੋਰਸ ਦਾ ਮੈਗਨੀਟਿਊਡ ਅਤੇ ਡਾਇਰੈਕਸ਼ਨ ਨੋਟ ਕਰੋ, ਪਲੱਸ ਉਹ ਉਸ ਵਕਤ ਬੋਡੀ 'ਤੇ ਲੱਗ ਕਿੱਥੇ ਰਹੀ ਹੈ, ਉਹ ਪੁਆਇੰਟ ਆਫ ਐਪਲੀਕੇਸ਼ਨ ਨੋਟ ਕਰ ਲਿਆ ਆਪਾਂ। ਤਾਂ ਪੀ ਕੀ ਹੈ, ਪੁਆਇੰਟ ਆਫ ਐਪਲੀਕੇਸ਼ਨ ਆਫ ਫੋਰਸ। ਔਰ ਆਹ ਹਰੀ ਵਾਲੀ ਲਾਈਨ ਕੀ ਹੈ, ਫੋਰਸ ਦੀ ਡਾਇਰੈਕਸ਼ਨ ਹੈ। ਤੇ ਫੋਰਸ ਦੀ ਡਾਇਰੈਕਸ਼ਨ ਵਾਲੀ ਲਾਈਨ ਨੂੰ ਨਾ ਯੂ ਆਰ ਫ੍ਰੀ ਟੂ ਐਕਸਟੈਂਡ ਇਟ ਅਪ ਟੂ ਐਨੀ ਐਕਸਟੈਂਡ। ਵੀ ਇਹ ਫੋਰਸ ਵਾਲੀ ਡਾਇਰੈਕਸ਼ਨ ਵਾਲੀ ਲਾਈਨ ਨੂੰ ਜਿੰਨਾ ਮਰਜ਼ੀ ਲੰਬਾ ਛੋਟਾ ਕੀਤਾ ਜਾ ਸਕਦਾ, ਉਹ 'ਚ ਕੋਈ ਘਬਰਾਹਟ ਦੀ ਲੋੜ। ਔਰ ਇਹ ਜਿਹੜੀ ਫੋਰਸ ਦੀ ਡਾਇਰੈਕਸ਼ਨ ਵਾਲੀ ਲਾਈਨ ਹੈ, ਇਹਨੂੰ ਪੁੱਤ ਅਸੀਂ ਟੈਕਨੀਕਲੀ ਪਤਾ ਕੀ ਬੋਲਦੇ ਹਾਂ, ਇਹ ਸ਼ਬਦ ਯਾਦ ਰੱਖਣੇ, ਲਾਈਨ ਆਫ
एक्शन ऑफ फोर्स। फोर्स की डायरेक्शन वाली लाइन जितनी मर्जी छोटी बड़ी करो और उनकी याद रखना उनकी कहते हैं लाइन ऑफ एक्शन ऑफ फोर्स। ठीक है, हुण फिर फोर्स वालों ध्यान हटा के ये देखो कि तुसी उस फोर्स का जो टॉर्क निकालनी है उसकी एक्सिस ऑफ रोटेशन केड़ी है। आप इस केस च टॉर्क केड़े पॉइंट दे अबाउट निकालन जा रहे हैं, ओ पॉइंट दे अबाउट। असी टॉर्क केड़े अबाउट निकाल रहे हैं, ओ पॉइंट दे अबाउट। ये साडा क्लियर हो गया। फिर अगला स्टेप पता है की करना, तुसी सिंपली जो जिस पॉइंट दे अबाउट टॉर्क निकाल रहे हैं एक्सिस ऑफ रोटेशन, उस पॉइंट नो ते पॉइंट ऑफ एप्लीकेशन ऑफ फोर्स नो स्ट्रेट लाइन नाल जोड़ता। तो इस स्ट्रेट लाइन का नाम की बोलना आर वेक्टर। जिते मर्जी रहन दे पॉइंट, कोई चेंज करने की लोड़ मर्जी रखो, कोई परवाह नहीं करनी है, गल समझ नहीं है। जिथे मर्जी वो पॉइंट होए, पर है वो पॉइंट के एक्सिस ऑफ रोटेशन का पॉइंट है ना, एनी पॉइंट ऑन, तो उस पॉइंट पे पॉइंट ऑफ एप्लीकेशन ऑफ फोर्स नु जोड़ लो, वेक्टर बना लो आर वेक्टर। आर वेक्टर की है थे पोजीशन वेक्टर, केदा पॉइंट ऑफ एप्लीकेशन ऑफ फोर्स दा किथों from the given point on axis of rotation। अच्छा ना देखो पुत्र, हुन अगर तुसी ये r वेक्टर नोट कर लेने हो, r वेक्टर यहां तक डायरेक्टली देता होएगा, नहीं तो पता की होना जिहड़ा o पॉइंट है इहदे पोजीशन कोऑर्डिनेट्स देते होंगे x नॉट y नॉट z नॉट, जिथे फोर्स लग रही है इहदे भी पोजीशन कोऑर्डिनेट्स सानू गिवन होंगे, पता होंगे। ते जे पी और ओ दे कोऑर्डिनेट्स पता है ना, तो असी आर वेक्टर आप भी तैयार कर सकते हैं, कितना फाइनल एक्स माइनस कितना तैयार कर सकते। असी फाइंड आउट की कर रहे हैं, पुत्र की करन जा रहे हैं, टॉर्क किदे करके फोर्स एफ करके। ओदे लई सब तो पहला की नोट डाउन कीता, फोर्स एफ दा पॉइंट ऑफ एप्लीकेशन, फिर एक्सिस ऑफ रोटेशन दे ऊपर पॉइंट, फिर आर वेक्टर नोट कीता। आर वेक्टर और एफ वेक्टर अगर सानू पता लग चुके हैं तो नाउ असी टॉर्क निकाल सकते हैं। की करना, केदा लेना क्रॉस प्रोडक्ट,
ਕਿ ਟੌਰਕ ਆਰ ਕ੍ਰੋਸ ਐਫ ਹੈ, ਇਹ ਪ੍ਰੂਵਡ ਹੈ, ਆਪਾਂ ਕਰਾਂਗੇ ਵੀ, ਡਿਰਾਈਵ ਵੀ ਕਰਾਂਗੇ, ਪਰ ਕ੍ਰੋਸ ਪ੍ਰੋਡਕਟ ਵਾਲੇ ਜਿੰਨੇ ਵੀ ਫਾਰਮੂਲਾਜ਼ ਹੁੰਦੇ ਹਨ ਉਹਨਾਂ ਵਿੱਚ ਫਸਟ ਵੈਕਟਰ ਕਿਹੜਾ, ਸੈਕਿੰਡ ਕਿਹੜਾ, ਕਿਉਂਕਿ ਜੇ ਅਦਲਾ ਬਦਲੀ ਕਰਦੀ ਹੈ ਨਾ ਏ ਕ੍ਰੋਸ ਬੀ ਦੀ ਜਗ੍ਹਾ ਬੀ ਕ੍ਰੋਸ ਏ, ਤਾਂ ਡਾਇਰੈਕਸ਼ਨ ਆਪੋਜ਼ਿਟ ਹੋ ਜਾਂਦੀ ਹੈ, ਸੋ ਆਨਸਰ ਸੇਮ ਨਹੀਂ ਰਹਿੰਦਾ। ਇਸ ਕਰਕੇ ਟੌਰਕ ਨਿਕਾਲਣ ਲਈ ਜੇ ਤੁਸੀਂ ਐਫ ਕ੍ਰੋਸ ਆਰ ਵਰਤ ਲਿਆ ਤਾਂ ਆਨਸਰ ਗਲਤ ਹੋ ਜਾਣਾ, ਆਰ ਕ੍ਰੋਸ ਐਫ। ਤੋ ਹੁਣ ਆਰ ਕੀ ਹੈ ਲਿਖੋ, ਦਸ ਟੌਰਕ is defined as, torque nu kitna define kar sakte, is defined as cross product of position vector of, kya position vector, point of application of force, point of application of force with respect to axis of rotation, with respect to any point ki jod sakte hain, with respect to any point on axis of rotation, and force, position vector te force ka cross product hai na। ਹੁਣ ਇਹਨੂੰ ਸੋਲਵ ਕਿੱਦਾਂ ਕਰਨਾ ਪੁੱਤ, ਹੁਣ ਇਹਨੂੰ ਸੋਲਵ ਕਰਨ ਦੇ ਲਈ ਤੁਹਾਡੇ ਕੋਲ ਦੋ ਆਪਸ਼ਨਸ ਹੈ। ਪਹਿਲੀ ਆਪਸ਼ਨ ਟੌਰਕ ਦਾ ਮੈਗਨੀਟਿਊਡ ਨਿਕਾਲ ਲਓ ਸੈਪਰੇਟਲੀ ਆਰ ਐਫ ਸਾਈਨ ਥੀਟਾ, ਹੈ ਨਾ, ਪਰ ਜਦੋਂ ਅਸੀਂ ਆਰ ਐਫ ਸਾਈਨ ਥੀਟਾ ਲਿਖਿਆ ਤਾਂ ਥੀਟਾ ਕੀ ਹੁੰਦਾ ਫਿਰ ਉੱਥੇ, ਕਿਹਦੇ ਵਿੱਚ, ਆਰ ਤੇ ਜਿਹੜੇ ਦੋ ਵੈਕਟਰ। ਹੁਣ ਇੱਥੇ ਡਾਇਗ੍ਰਾਮ ਦੇਖੋ, ਹੁਣ ਇਸ ਡਾਇਗ੍ਰਾਮ ਚ ਪੁੱਤ ਜਿਹੜੀ ਆਰ ਵੈਕਟਰ ਦੀ ਡਾਇਰੈਕਸ਼ਨ ਹੈ, ਆਰ ਵੈਕਟਰ ਦੀ ਡਾਇਰੈਕਸ਼ਨ ਨੂੰ ਨਾ ਅਸੀਂ ਬੋਲਦੇ ਹਾਂ ਰੇਡੀਅਲ ਡਾਇਰੈਕਸ਼ਨ। ਪੋਜੀਸ਼ਨ ਵੈਕਟਰ ਦੀ ਡਾਇਰੈਕਸ਼ਨ ਹੈ ਰੇਡੀਅਲ ਡਾਇਰੈਕਸ਼ਨ। ਤੋ ਜਿਹੜਾ ਇੱਥੇ ਥੀਟਾ ਹੈ ਨਾ ਪੁੱਤ, ਉਹ ਆਰ ਵੈਕਟਰ ਦੀ ਡਾਇਰੈਕਸ਼ਨ ਤੇ ਫੋਰਸ ਵੈਕਟਰ ਦੀ ਡਾਇਰੈਕਸ਼ਨ ਚ ਬਣਨ ਵਾਲਾ ਐਂਗਲ ਹੈ, ਸਮਝ ਨਾ। ਐਂਡ ਐਂਡ ਡਾਇਰੈਕਸ਼ਨ ਕਿੱਦਾਂ ਆਏਗੀ, ਐਂਡ ਡਾਇਰੈਕਸ਼ਨ ਆਫ ਟੌਰਕ ਕੈਨ ਬੀ ਓਬਟੇਨ, ਡਾਇਰੈਕਸ਼ਨ ਆਫ ਟੌਰਕ ਕੈਨ ਬੀ ਓਬਟੇਨ ਬਾਈ ਯੂਜਿੰਗ ਰਾਈਟ ਹੈਂਡ ਥੰਬ ਰੂਲ, ਹੈ ਨਾ, ਕ੍ਰੋਸ ਪ੍ਰੋਡਕਟ ਵਾਲਾ ਕੇਸ। ਉਹਦੇ ਚ ਕੀ ਕਰਨਾ, ਜੇ ਆਪਾਂ ਇਸ ਡਾਇਗ੍ਰਾਮ ਨੂੰ ਦੇਖੀਏ ਪੁੱਤ,
ਹੁਣ ਇਸ ਡਾਇਗ੍ਰਾਮ ਦੇ ਵਿੱਚ ਜੇ ਅਸੀਂ ਟੋਰਕ ਦੀ ਡਾਇਰੈਕਸ਼ਨ ਕੱਢਣੀ ਹੋਏ ਰਾਈਟ ਹੈਂਡ ਥੰਬ ਰੂਲ ਲਗਾ ਕੇ, ਤਾਂ ਅਸੀਂ ਡਾਇਗ੍ਰਾਮ ਤੇ ਧਿਆਨ ਪੂਰਾ ਲਗਾ ਦੇਣਾ ਹੈ। ਉਸ ਤੋਂ ਬਾਅਦ ਕੀ ਕਰਨਾ, ਕ੍ਰੋਸ ਪ੍ਰੋਡਕਟ ਦੇ ਪਹਿਲੇ ਵੈਕਟਰ ਦੀ ਡਾਇਰੈਕਸ਼ਨ ਜਿਹੜੀ ਹੈ ਉਸ ਤਰਫ ਰਾਈਟ ਹੈਂਡ ਦੀ ਫਿੰਗਰ ਨੂੰ ਸਟ੍ਰੈਚ ਕਰ ਦੇਣਾ। ਹੁਣ ਇਸ ਕੇਸ ਚ ਆਰ ਵੈਕਟਰ ਦੀ ਡਾਇਰੈਕਸ਼ਨ ਹੈ, ਆਹ ਐਫ ਦੀ ਹੈ, ਤੋ ਆਰ ਵੱਲ ਕਰਕੇ ਐਫ ਵੱਲ ਦੇਖੋ ਕਰਲ ਹੋ ਰਹੀਆਂ, ਫਿੰਗਰਸ ਹੋ ਰਹੀਆਂ ਹਨਾ, ਉੱਪਰ ਨੂੰ ਹੋ ਰਹੀਆਂ। ਇਟ ਮੀਨਸ ਹੱਥ ਦੀ ਜਿਹੜੀ ਪਲੇਸਮੈਂਟ ਹੈ ਬਿਲਕੁਲ ਸਹੀ ਹੈ। ਤੋ ਆਹ ਜਿਹੜਾ ਥੰਬ ਹੈ ਇਹ ਕਿੱਧਰ ਨੂੰ ਆ ਰਿਹਾ, ਬਾਹਰ ਨੂੰ। ਇਹਦਾ ਮਤਲਬ ਇਸ ਕੇਸ ਦੇ ਵਿੱਚ ਟੋਰਕ ਦੀ ਡਾਇਰੈਕਸ਼ਨ ਕੀ ਹੈ ਪੁੱਤ, ਇਸ ਕੇਸ ਚ ਜਿਹੜੀ ਟੋਰਕ ਲੱਗ ਰਹੀ ਹੈ ਉਹ ਇਸ ਪਲੇਨ ਦੇ ਪਰਪੈਂਡੀਕੁਲਰ ਹੈ ਬਟ ਆਊਟਵਰਡ ਹੈ। ਸੋ ਜਿਹੜੀ ਡਾਇਰੈਕਸ਼ਨ ਪਲੇਨ ਦੇ ਪਰਪੈਂਡੀਕੁਲਰ ਬਟ ਆਊਟਵਰਡ ਹੋਏ ਨਾ, ਉਹਨੂੰ ਡੋਟ ਨਾਲ ਲਿਖ ਦਿੰਦੇ ਹਾਂ, ਡੋਟ ਇਨ ਉਹ ਕ੍ਰੋਸ, ਉਹ ਕ੍ਰੋਸ ਲਿਖਦੇ ਹਾਂ। ਇਹ ਸਿੰਬਲਸ ਹੈ ਯਾਦ ਰੱਖਣੇ ਚ, ਇੱਥੇ ਲਿਖ ਲੈਣਾ ਡੋਟ ਰਿਪ੍ਰੈਜ਼ੈਂਟਸ ਆਊਟਵਰਡ ਡਾਇਰੈਕਸ਼ਨ, ਡੋਟ ਰਿਪ੍ਰੈਜ਼ੈਂਟਸ ਆਊਟਵਰਡ ਡਾਇਰੈਕਸ਼ਨ, ਨੋਰਮਲ ਟੂ ਦਾ ਪਲੇਨ ਬਟ ਆਊਟਵਰਡ ਹੈ। ਤੇ ਜੇ ਅੰਦਰ ਨੂੰ ਹੁੰਦੀ ਫਿਰ ਕ੍ਰੋਸ, ਕ੍ਰੋਸ ਹੈ ਨਾ, ਇਨਵਰਡ ਨੂੰ ਕ੍ਰੋਸ ਨਾਲ ਲਿਖਣਾ ਪੁੱਤ। ਅੱਛਾ ਵਾਪਸ ਆਓ, ਬਸ ਜਾਓ ਫਿਰ ਡਾਇਰੈਕਸ਼ਨ ਪਤਾ ਲੱਗੇ। ਹੁਣ ਆਰ ਐਫ ਸਾਈਨ ਥੀਟਾ, ਆਰ ਦਾ ਐਸ ਆਈ ਯੂਨਿਟ ਕੀ ਹੈ, ਮੀਟਰ, ਫੋਰਸ ਦਾ ਨਿਊਟਨ। ਤੋ ਐਸ ਆਈ ਯੂਨਿਟ ਆਫ ਟੋਰਕ ਕੀ ਬਣੇਗਾ, ਐਸ ਆਈ ਯੂਨਿਟ ਹੈ, ਐਮ ਪਹਿਲਾਂ ਨਹੀਂ ਲਿਖਣਾ, ਅੱਛਾ ਨਹੀਂ ਤਾਂ ਮਿਲੀ ਨਿਊਟਨ ਲੱਗਣਾ ਉਹ, ਤੋ ਲਿਖਣ ਲੱਗੇ ਥੋੜਾ ਧਿਆਨ ਰੱਖਣਾ, ਨਿਊਟਨ ਮੀਟਰ, ਨਿਊਟਨ ਮੀਟਰ ਟੋਰਕ ਦਾ ਐਸ ਆਈ ਯੂਨਿਟ ਹੈ। ਔਰ ਟੋਰਕ ਸਕੇਲਰ ਹੈ ਕਿ ਵੈਕਟਰ, ਵੈਕਟਰ ਹੈ, ਪਰ ਕਿਹੜਾ ਵੈਕਟਰ ਹੈ ਉਹ ਵੀ ਲਿਖ ਲਓ ਬ੍ਰੈਕਟ ਚ ਵੱਡਾ ਕਰਕੇ, ਐਕਸੀਅਲ ਵੈਕਟਰ। ਟੋਰਕ ਐਕਸੀਅਲ ਵੈਕਟਰ ਹੈ, ਠੀਕ ਹੈ, ਕਿਉਂ, ਕਿਉਂਕਿ ਇਹਦਾ ਕੰਸਰਨ ਐਕਸਿਸ ਦੇ ਨਾਲ ਹੈ ਨਾ, ਇਸ ਕਰਕੇ ਐਕਸੀਅਲ ਵੈਕਟਰ ਹੈ। ਹੁਣ ਜਿੱਦਾਂ ਨਾ ਫੋਰਸ ਹੈ, ਵੈਲੋਸਿਟੀ ਹੈ, ਐਕਸਲਰੇਸ਼ਨ ਹੈ, ਡਿਸਪਲੇਸਮੈਂਟ ਹੈ, ਇਹ ਸਾਰੇ ਪੋਲਰ ਵੈਕਟਰਸ ਹੁੰਦੇ ਹੈ, ਬਿਨਾਂ ਐਕਸਿਸ ਦੇ ਪੋਲਰ ਵੈਕਟਰਸ। ਤੇ ਜਿਹੜੇ ਰੋਟੇਸ਼ਨ ਨਾਲ ਜੁੜੇ ਹੋਏ ਵੈਕਟਰਸ ਹੈ, ਜਿੱਦਾਂ ਐਂਗੂਲਰ ਵੈਲੋਸਿਟੀ, ਐਂਗੂਲਰ ਐਕਸਲਰੇਸ਼ਨ, ਟੋਰਕ, ਐਂਗੂਲਰ ਮੋਮੈਂਟਮ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਐਕਸੀਅਲ ਵੈਕਟਰਸ। ਮੋਟੇ ਤੌਰ ਤੇ ਯਾਦ ਰੱਖਣੇ ਨਾ, ਪੁੱਛ ਲੈਂਦਾ ਕਈ ਵਾਰ। ਅੱਛਾ ਹੁਣ ਬੇਟਾ, ਹੁਣ ਆਹ ਜਿਹੜਾ ਫਾਰਮੂਲਾ ਹੈ ਇਹਦੇ ਤੋਂ ਟੋਰਕ ਕੱਢਣ ਲਈ ਜਾਂ ਤਾਂ ਤੁਸੀਂ ਟੋਰਕ ਦਾ ਮੈਗਨੀਟਿਊਡ ਆਰ ਐਫ ਸਾਈਨ ਥੀਟਾ ਤੋਂ ਨਿਕਾਲ ਲਓਗੇ, ਤੇ ਡਾਇਰੈਕਸ਼ਨ ਕਿਹਦੇ ਨਾਲ ਦੱਸੋਗੇ, ਰਾਈਟ ਹੈਂਡ, ਤੇ ਜਾਂ ਫਿਰ ਇੱਦਾਂ ਵੀ ਤਾਂ ਹੈ ਨਾ,
ਆ ਸਾਰਾ ਹੋ ਗਿਆ ਨੋਟ, ਆ ਦੇਖੀ ਹੋ ਗਿਆ। ਹੁਣ ਮੰਨ ਲਓ ਕੰਮ ਨੂੰ ਈਜ਼ੀ, ਇੱਥੇ ਤਾਂ ਆਰ ਕੀ ਲਿਖਾਇਆ ਸੀ ਮੈਂ, ਆਰ ਕੀ ਸੀ ਹੈ ਨਾ, ਆਹੀ ਬੰਦਾ ਨਾ ਇੱਥੇ। ਜੇ ਮੰਨ ਲਓ ਇਹ 0 0 0 ਹੋ ਗਿਆ, ਫਿਰ ਐਕਸ ਆਈ ਕੈਪ ਪਲੱਸ ਵਾਈ ਜੇ ਕੈਪ ਬਣ ਜਾਣਾ ਸੀ। ਚਲੋ ਇਹਦੇ ਨਾਲ ਹੀ ਕੰਮ ਚਲਾਉਂਦੇ। ਤੋ ਇਫ ਓ, ਓ ਮਤਲਬ ਪੁਆਇੰਟ ਔਨ ਐਕਸਿਸ ਆਫ ਰੋਟੇਸ਼ਨ, ਬੀ ਦਾ ਓਰੀਜਨ, ਅਗਰ ਓਰੀਜਨ ਹੈ ਤਾਂ ਐਕਸ ਨਾਟ ਵੀ ਜ਼ੀਰੋ, ਵਾਈ ਨਾਟ ਵੀ ਜ਼ੀਰੋ, ਜ਼ੈਡ ਨਾਟ ਵੀ ਜ਼ੀਰੋ, ਫਿਰ ਆਰ ਕੀ ਹੋ ਜਾਣਾ ਮਤਲਬ। ਠੀਕ ਹੈ, ਉਸ ਕੇਸ ਚ ਇਹ ਜਦ ਕੀ ਜਿਹੜੀ ਫੋਰਸ ਹੈ, ਹੁਣ ਅਗਰ ਤੁਸੀਂ ਪੋਜੀਸ਼ਨ ਵੈਕਟਰ ਦੇ ਰੈਕਟੈਂਗੂਲਰ ਕੰਪੋਨੈਂਟਸ ਲੈ ਰਹੇ ਆ ਨਾ ਬੁੱਧ, ਤਾਂ ਫਿਰ ਫੋਰਸ ਦੇ ਵੀ ਲੈਣੇ ਪੈਣੇ। ਤਾਂ ਫਿਰ ਟੌਰਚ ਕਿੱਦਾਂ ਆਏਗੀ, ਆਰ ਕਰੋਸ ਐਫ ਹੈ ਨਾ, ਟਰਮੀਨੇਟ ਵਾਲਾ ਫਾਰਮ ਲਿਖ ਨਹੀਂ ਲੈਣੇ ਮਿਲਦੇ, I, J, K, X, Y, Z, F, X, F, Y, F, Z. ਔਰ ਇਹਨੂੰ ਐਕਸਪੈਂਡ ਕਰਨਾ ਆਉਂਦਾ ਪੁੱਤ, ਉਹ ਪਹਿਲਾਂ ਆਈ ਕੈਪ ਲਿਖ ਲੈਣਾ, ਫਿਰ Y, F, Z, ਮਾਈਨਸ Z, F, Y. X, F, Z, minus z f x plus k cap hai na, x f y minus y f x, to mangal suniyo bolo enu apa left side te keda vector hai, torque, left side te torque vector hai, ਔਰ ਟੌਰਕ ਵੈਕਟਰ ਇਹਦੇ ਬਰਾਬਰ ਆ ਗਿਆ। ਇਹਨੂੰ ਥੋੜਾ ਜਿਹਾ ਪੂਰਾ ਜੋ ਹੈ ਇਹ ਹੈ ਟੌਰਕ, ਪਰ ਇਹ ਟੌਰਕ ਦਾ ਐਕਸ ਕੰਪੋਨੈਂਟ ਹੈ, ਵਾਈ ਐਂਡ ਜ਼ੈਡ ਕੰਪੋਨੈਂਟਸ। ਤੋ ਇਸ ਤਰੀਕੇ ਨਾਲ ਵੀ ਟੌਰਕ ਨਿਕਲ ਸਕਦੀ ਹੈ। ਟੌਰਕ
ਡਿਫਰੈਂਟ ਵੇਜ਼ ਨਾਲ ਨਿਕਲ ਸਕਦੀ ਹੈ। ਇਹ ਕੁਛ ਹਾਲੇ ਗੱਲਾਂ ਹੈ, ਇਸ ਤੋਂ ਅੱਗੇ ਵੀ ਆਣੀ ਹੈ। ਇਹ ਜਿਹੜਾ ਰਿਜ਼ਲਟ ਹੈ ਉਹ ਦੇਖੋ, ਗੱਲ ਸੁਣੋ, ਦੇਖੋ ਨੋਟ ਕਰਕੇ ਲਿਖਿਓ। ਇਫ ਨੋਟ ਕਰਕੇ ਲਿਖਣਾ ਹੈ, ਵੱਡਾ ਸਾਰਾ ਕਰਕੇ ਫਿਰ ਬਾਕਸ ਚ ਪਾ ਲੈਣਾ ਇਹਨੂੰ ਆਪਾਂ। ਇਫ ਰੋਟੇਸ਼ਨਲ ਮੋਸ਼ਨ ਅਕਰਸ ਇਨ ਐਕਸ ਵਾਈ ਪਲੇਨ, ਐਕਸ ਵਾਈ ਪਲੇਨ ਚ ਹੋ ਰਿਹਾ ਰੋਟੇਸ਼ਨਲ ਮੋਸ਼ਨ, ਕੀ ਹੋਏਗਾ? ਦੈਨ ਜਿੰਨੇ ਵੀ ਵੈਕਟਰਸ ਹੈ ਨਾ ਉਹ ਪਲੇਨ ਚ, ਉਹਨਾਂ ਦੇ ਦੋ ਹੀ ਕੰਪੋਨੈਂਟਸ ਰਹਿ ਜਾਂਦੇ ਆ। ਇਹਦਾ ਮਤਲਬ ਆਰ ਵੈਕਟਰ ਦਾ ਵੀ ਜ਼ੈਡ ਜ਼ੀਰੋ ਹੋ ਜਾਏਗਾ, ਦੇਖ ਲਓ, ਤੇ ਐਫ ਜ਼ੈਡ ਵੀ ਜ਼ੀਰੋ ਹੋ ਜਾਏਗਾ, ਹੈ ਨਾ? ਜ਼ੈਡ ਵੀ ਜ਼ੀਰੋ, ਪਹਿਲਾ ਜ਼ੈਡ ਤੇ ਐਫ ਜ਼ੈਡ ਵੀ ਜ਼ੀਰੋ ਹੋ ਗਿਆ। ਜਦੋਂ ਪਹਿਲਾ ਜ਼ੈਡ ਵੀ ਜ਼ੀਰੋ ਤਾਂ ਟੋਰਕ ਵੈਕਟਰ ਕਿਹਦੇ ਬਰਾਬਰ ਆ ਜਾਏਗਾ ਪੁੱਤ? ਲਿਖੋ ਟਾਓ ਇਜ ਇਕੁਅਲ ਟੂ, ਟਾਓ ਵੈਕਟਰ ਇਜ ਇਕੁਅਲ ਟੂ, ਤੇ ਆ ਦੇਖਿਓ ਕਿਉਂਕਿ ਟੋਰਕ ਕੱਢਣ ਦਾ ਆਹੀ ਫਾਰਮੂਲਾ, ਇਹਨਾਂ ਇਹਨਾਂ ਤਿੰਨਾਂ ਦੇ ਵਿੱਚ ਜਿੱਥੇ ਐਫ ਜ਼ੈਡ ਜ਼ੀਰੋ ਹੈ ਜਾਂ ਜ਼ੈਡ ਜ਼ੀਰੋ ਹੈ ਉਹ ਸਾਰਾ ਜ਼ੀਰੋ ਕਰ ਲਓ, ਦੇਖੋ ਤਾਂ ਕੀ ਬਚੇਗਾ ਤੁਹਾਡੇ ਕੋਲ? ਜ਼ੀਰੋ ਕੰਪੋਨੈਂਟ ਵੀ ਜ਼ੀਰੋ ਹੋ ਜਾਣਾ, ਵਾਈ ਵੀ ਬਚਣਾ ਕੀ ਹੈ? ਜ਼ੈਡ ਬਚਣਾ, ਹੈ ਨਾ? ਮਤਲਬ ਤੁਹਾਡਾ ਆਨਸਰ ਟਾਓ ਜ਼ੈਡ ਕੇ ਕਹਿ ਪਾਣਾ, ਔਰ ਟਾਓ ਜ਼ੈਡ ਦੀ ਵੈਲਿਊ ਕੀ ਲਿਖ ਸਕਦੇ ਆ? ਐਕਸ ਐਫ ਵਾਈ ਮਾਈਨਸ ਵਾਈ ਐਫ ਐਕਸ ਲਿਖ ਸਕਦੇ ਆ। ਅੱਛਾ, ਇੱਕ ਹੋਰ ਗੱਲ, ਅੱਜ ਦਾ ਲਾਸਟ ਪੁਆਇੰਟ ਹੀ ਹੈ, ਆ ਦੇਖੋ ਇਹ ਵੀ ਨੋਟ ਕਰਕੇ ਲਿਖਿਓ ਆਪਣੇ ਲਈ, ਆਪਾਂ ਆਲਰੇਡੀ ਡਿਸਕਸ ਕੀਤਾ ਹੋਇਆ। ਉਹ ਇਹ ਹੈ, ਤੁਹਾਨੂੰ ਯਾਦ ਹੋਏਗਾ ਜਦੋਂ ਆਪਾਂ ਨਾ ਕ੍ਰੋਸ ਪ੍ਰੋਡਕਟ ਆਫ ਟੂ ਵੈਕਟਰਸ ਪੜ੍ਹ ਰਹੇ ਸੀ, ਤੁਹਾਨੂੰ ਦੱਸਿਆ ਸੀ ਕਿ ਜਿਹੜਾ ਵੀ ਰਿਜ਼ਲਟ ਦੋ ਵੈਕਟਰਸ ਦੇ ਕ੍ਰੋਸ ਪ੍ਰੋਡਕਟ ਤੋਂ ਆਉਂਦਾ ਵਾ ਉਹ ਆਪ ਵੀ ਵੈਕਟਰ ਹੁੰਦਾ, ਔਰ ਜਿਹੜਾ ਵੈਕਟਰ ਦੋ ਵੈਕਟਰਸ ਦੇ ਡੋਟ ਪ੍ਰੋਡਕਟ ਸੋਰੀ ਕ੍ਰੋਸ ਪ੍ਰੋਡਕਟ ਦਾ ਰਿਜ਼ਲਟ ਹੈ ਉਹ ਵੈਕਟਰ ਕ੍ਰੋਸ ਪ੍ਰੋਡਕਟ ਦੇ ਦੋਨੋਂ ਵੈਕਟਰਸ ਦੇ ਕੀ ਹੁੰਦਾ? ਪਰਪੈਂਡੀਕੁਲਰ ਹੁੰਦਾ, ਔਰ ਦੋ ਪਰਪੈਂਡੀਕੁਲਰ ਵੈਕਟਰਸ ਦਾ ਡੋਟ ਪ੍ਰੋਡਕਟ ਜ਼ੀਰੋ ਹੋਏਗਾ, ਹੈ ਨਾ? ਕ੍ਰੋਸ ਪ੍ਰੋਡਕਟ ਆਫ ਟੂ ਵੈਕਟਰਸ ਦਾ ਆਨਸਰ ਹਮੇਸ਼ਾ ਕ੍ਰੋਸ ਪ੍ਰੋਡਕਟ ਵਾਲੇ ਦੋ ਵੈਕਟਰਸ ਦੇ ਪਰਪੈਂਡੀਕੁਲਰ ਹੋਏਗਾ। ਇਹ ਮੋਟਿਵ ਗਰੁੱਪ ਵੀ ਕਰਦੇ ਆ, ਗੱਲ ਸਾਰੀ ਡਿਸਕਸ ਕਰਦੇ ਆ।
ਕੈਲਕੂਲੇਟ ਕਿੱਦਾਂ ਕਰਨੀ ਹੈ ਕਿਸੇ ਫੋਰਸ ਕਰਕੇ ਥੋੜਾ ਆਈਡੀਆ ਹੋਇਆ ਵਾ ਉਹ ਕਿਸ ਨੂੰ ਕੱਲ ਐਕਸਟੈਂਡ ਕਰਾਂਗੇ ਨਾਲ ਕੁਝ ਨੂਮੈਰੀਕਲਸ ਟਰਾਈ ਕਰਾਂਗੇ ਤੇ ਉਹ ਕਲੀਅਰ ਹੋਏਗਾ।